ਤੁਹਾਨੂੰ ਨਾ ਜੀ ਲੁਧਿਆਣੇ ਦਾ ਤਾਜਪੁਰ ਰੋਡ ਦੇ ਬੁੱਢਾ ਨਾਲਾ ਦਿਖਾਉਣਾ ਚਾਹੁੰਦਾ। ਉਹ ਅਸੀਂ ਸ਼ਾਇਦ ਪ੍ਰਸ਼ਾਸਨ ਬੜੇ ਸਾਲਾਂ ਤੋਂ ਹਰ ਸਾਲ ਕਰੋੜਾਂ ਰੁਪਈਆ ਖਰਚਦਾ ਜਿਹੜਾ ਇਹ ਬੁੱਢਾ ਨਾਲਾ ਪ੍ਰਸ਼ਾਸਨ ਕੋਲ ਸਾਫ਼ ਨਹੀਂ ਹੁੰਦਾ, ਇਹ 'ਚ ਕਾਲਾ ਪਾਣੀ ਵਗਦਾ। ਕਿਸੇ ਵੇਲੇ ਬੁੱਢਾ ਦਰਿਆ ਕਿਹਾ ਜਾਣ ਵਾਲਾ ਜਿਹੜਾ ਬੁੱਢਾ ਨਾਲਾ ਜੋ ਕਿ ਕਾਲਾ ਜ਼ਹਿਰੀਲਾ ਪਾਣੀ ਚਲਾ ਰਿਹਾ ਹੁੰਦਾ। ਅੱਜ ਦੇਖੋ ਦੋਸਤੋ, ਮੈਂ ਤੁਹਾਨੂੰ ਖਾਸ ਦਿਖਾਉਣਾ ਚਾਹੁੰਦਾ, ਇਹਦੇ 'ਚ ਬਰਾਊਨ ਰੰਗ ਦਾ ਪਾਣੀ, ਮਿੱਟੀ ਰੰਗਾ ਪਾਣੀ ਚੱਲ ਰਿਹਾ। ਕੁਦਰਤ ਨੇ ਆਪਣੇ ਆਪ ਹੀ ਦੇਖੋ ਆਪਣੇ ਆਪ ਨੂੰ ਸੰਭਾਲ ਲਿਆ ਹੈ, ਕੁਦਰਤ ਆਪਣੇ ਆਪ ਨੂੰ ਸਾਫ਼ ਕਰ ਲੈਂਦੀ ਹੈ। ਇਨਸਾਨ ਦੇਖੋ ਚੰਦ ਤੱਕ ਮੰਗਲ ਤੱਕ ਫਤਿਹ ਕਰਨ ਦੀਆਂ ਗੱਲਾਂ ਕਰਦਾ, ਪਰ ਇਸ ਵਾਰੀ ਇੱਕ ਜਰਾਸੀਮ ਨਹੀਂ ਬੰਦੇ ਕੋਲ ਕਾਬੂ ਆ ਰਿਹਾ। ਸੋ ਇਹ ਦੇਖੋ ਬੁੱਢਾ ਨਾਲਾ ਬਿਲਕੁਲ ਸਾਫ਼, ਮਤਲਬ ਸਾਫ਼ ਨਹੀਂ, ਚਲੋ ਮਿੱਟੀ ਰੰਗਾ ਪਾਣੀ ਵਗ ਰਿਹਾ, ਕਾਲਾ ਪਾਣੀ ਵਗਣਾ ਇਸ ਬੰਦ ਹੋ ਗਿਆ। ਅਤੇ ਇਹ ਸੰਕੇਤ ਨੇ ਜੀ ਕੁਦਰਤ ਦੇ ਵੀ, ਜਾਂ ਤਾਂ ਸੰਭਲ ਜਾਓ ਨਹੀਂ ਤਾਂ ਕੁਦਰਤ ਤੁਹਾਨੂੰ ਸੰਭਾਲ ਸਕਦੀ ਹੈ। ਦੇਖੋ ਕਿਸ ਤਰ੍ਹਾਂ ਪਾਣੀ ਇੱਥੇ ਬਰਾਊਨ ਰੰਗ ਦਾ ਪਾਣੀ ਵਗ ਰਿਹਾ, ਕਾਲਾ ਨਹੀਂ ਹੈਗਾ। ਦੇਖੋ